ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ। ਇਹ ਖਬਰ ਅੰਮ੍ਰਿਤਸਰ ਦੀ ਹੈ ਜਿਸ ਵਿੱਚ ਚੀਫ ਖਾਲਸਾ ਦੀਵਾਨ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਦੇ 550 ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਚੀਫ ਖਾਲਸਾ ਦੇ ਵੱਖ ਵੱਖ ਅਦਾਰਿਆਂ ਦੇ 5000 ਦੇ ਕਰੀਬ ਵਿਦਿਆਰਥੀਆਂ ਵੱਲੋਂ ਇਸ ਦੌੜ ਵਿੱਚ ਹਿੱਸਾ ਲਿਆ ਗਿਆ। ਇਸ ਮੈਰਾਥਨ ਦੌੜ ਦਾ ਸਮਾਪਨ ਘੰਟਾ ਘਰ ਚੌਂਕ ਸ਼੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਕੀਤਾ ਗਿਆ। ਇਸ ਮੌਕੇ ਚੀਫ ਖਾਲਸਾ ਦੇ ਪ੍ਰਧਾਨ ਨਿਰਮਲ ਸਿੰਘ, ਪ੍ਰਿੰਸੀਪਲ ਧਰਮਵੀਰ ਸਿੰਘ, ਪ੍ਰਿੰਸੀਪਲ ਰਿਤੂ ਦਮਨ, ਸਕੱਤਰ ਸੁਰਿੰਦਰ ਸਿੰਘ ਰੁਮਾਲੀਆ ਵਾਲੇ ਮੌਜੂਦ ਸਨ। ਇਸ ਮੌਕੇ ਵਿਦਿਆਰਥੀਆਂ ਨੇ ਮੂਲ ਮੰਤਰ ਦੇ ਪਾਠ ਕੀਤੇ ਤੇ ਅਰਦਾਸ ਵੀ ਕੀਤੀ ਗਈ। 50 ਸਾਲਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਰਿਆਂ ਸਕੂਲਾਂ ਵੱਲੋਂ, ਚੀਫ ਖਾਲਸਾ ਦੀਵਾਨ ਦੇ ਸਾਰਿਆਂ ਸਕੂਲਾਂ ਵੱਲੋਂ ਬੱਚਿਆਂ ਦੀ ਮੈਰਾਥਨ ਦੌੜ ਕਰਾਈ ਹੈ। ਸਾਰੇ ਬੱਚੇ ਵੱਖੋ ਵੱਖਰੀਆਂ ਥਾਵਾਂ ਤੋਂ ਚੱਲ ਕੇ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਹਨ। ਸਾਰੇ ਬੱਚੇ ਪਹਿਲਾਂ GT ਰੋਡ ਤੋਂ ਚੱਲੇ, ਕੋਈ 2500 ਦੇ ਕਰੀਬ ਬੱਚਾ ਮੈਰਾਥਨ ਦੌੜ ਵਾਸਤੇ GT ਰੋਡ ਸਕੂਲ ਤੋਂ ਚੱਲਿਆ ਸੀ। ਕੁਝ ਬੱਚੇ ਭਗਤਾਂ ਵਾਲੇ ਸਕੂਲ ਤੋਂ ਚੱਲੇ ਹਨ, ਕੁਝ ਬੱਚੇ ਬਸੰਤ ਐਵਨਿਊ ਸਕੂਲ ਤੋਂ ਚੱਲੇ ਹਨ, ਕੁਝ ਬੱਚੇ ਚੌਂਕ ਪਰਾਸ ਦਾ ਸਕੂਲ ਤੋਂ ਚੱਲੇ ਹਨ, ਮਜੀਠਾ ਬਾਈਸ ਪਾਸ ਦੇ ਬੱਚੇ, ਇੰਟਰਨੈਸ਼ਨਲ ਸਕੂਲ ਦੇ ਬੱਚੇ, ਇਹ ਹਾਲ ਗੇਟ ਤੋਂ ਚੱਲੇ ਨੇ। ਇਹ ਸਾਰਿਆਂ ਦਾ ਵੈਨਿਊ ਇੱਕੋ ਜਗ੍ਹਾ ਸੀ, ਇੱਥੇ ਇਸ ਜਗ੍ਹਾ 'ਤੇ ਅਸੀਂ ਖੜ੍ਹੇ ਹਾਂ। ਸਾਰੇ ਬੱਚੇ ਇੱਥੇ ਆ ਕੇ ਸਮਾਪਤੀ ਕੀਤੀ ਆ। ਸਾਰਿਆਂ ਬੱਚਿਆਂ ਨੇ ਮੈਰਾਥਨ ਦੌੜ ਵਿੱਚ ਚੰਗੇ ਢੰਗ ਨਾਲ ਹਿੱਸਾ ਲਿਆ ਹੈ। ਅਰ ਇੱਥੇ ਆ ਕੇ ਸਾਰਿਆਂ ਬੱਚਿਆਂ ਨੇ ਮੂਲ ਮੰਤਰ ਦਾ ਪਾਠ ਕੀਤਾ, ਅਰਦਾਸ ਕੀਤੀ ਗਈ ਆ ਅਤੇ ਫਿਰ ਸਮਾਪਤੀ ਕੀਤੀ ਗਈ। ਜੇਕਰ ਸੱਚ ਬੋਲਣਾ, ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।